ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀ ਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਹਾਂਜੀ, ਹੁਣੇ ਹੁਣੇ ਇਸ ਬੋਲੀਵੁੱਡ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ। ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ ਕਿ ਇੱਦਾਂ ਹੋ ਸਕਦਾ ਹੈ। ਬਾਕੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਹੱਥ ਤੋਂ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ। ਬੋਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਇਸ ਲਾਇਮ ਸਰਾਫ ਦਾ ਬੁੱਧਵਾਰ ਨੂੰ ਮੁੰਬਈ 'ਚ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਉਮਰ 70 ਸਾਲ ਸੀ। ਬ੍ਰੇਨ ਸਟ੍ਰੋਕ ਕਾਰਨ ਉਸ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸਲਾਮ ਸ਼ਰਾਫ ਨੇ ਹੌਲੀ ਹੌਲੀ ਅਗਰ ਥੋੜ੍ਹੀ ਜਿਹੀ ਬੇਵਫਾਈ, ਬੁਲੰਦੀ, ਸੂਰਿਆ, ਪੁਲਿਸ, ਪਬਲਿਕ, ਨਿਸ਼ਚੇ, ਦਿਲ ਆਖਿਰ ਦਿਲ ਹੈ, ਝੂਠਾ ਸੱਚ, ਪਿਆਰ 86, ਜ਼ਿੱਦ, ਥੋੜ੍ਹਾ ਤੁਮ ਬਦਲੋ ਥੋੜ੍ਹਾ ਹਮ ਜੈਸੇ ਕਈ ਹਿੱਟ ਅਤੇ ਮਸ਼ਹੂਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਹਨਾਂ ਮਸ਼ਹੂਰ ਸਿਤਾਰਿਆਂ ਦੇ ਫਿਲਮਾਂ ਦਾ ਨਿਰਦੇਸ਼ਨ ਇਸਲਾਮ ਸ਼ਰੀਫ ਨੇ ਵੱਖ ਵੱਖ ਫਿਲਮਾਂ ਰਾਹੀਂ ਆਪਣੇ ਦੌਰ ਦੇ ਮਸ਼ਹੂਰ ਅਦਾਕਾਰ ਰਾਜਕੁਮਾਰ, ਰਾਜੇਸ਼ ਖੰਨਾ, ਵਿਨੋਦ ਖੰਨਾ, ਨਸੀਰੁਦੀਨ ਸ਼ਾਹ, ਜੈਕੀ ਸ਼ਰਾਫ ਤੋਂ ਲੈ ਕੇ ਸਲਮਾਨ ਖਾਨ ਤੱਕ ਕਈ ਵੱਡੇ ਸਿਤਾਰਿਆਂ ਦਾ ਨਿਰਦੇਸ਼ਨ ਕੀਤਾ ਹੈ। ਜੀ ਹਾਂ, ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।